ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਤੁਸੀਂ ਇਸ YouTube ਚੈਨਲ ਦੇ ਉੱਪਰ ਲਗ ਲਗ ਸਮਾਂ ਤੇ ਲਗ ਲਗ ਐਜੂਕੇਸ਼ਨ ਦੇ ਰਿਲੇਟਡ ਜਿਹੜੀ ਇਨਫੋਰਮੇਸ਼ਨ ਦੇਖਦੇ ਹੋ ਸੋ ਅੱਜ ਵੀ ਮੈਂ ਤੁਹਾਡੇ ਲਈ ਬੀ ਟੈਕ ਦੇ ਦਾਖਲੇ ਸੰਬੰਧੀ ਜੋ ਕਿ ਗੁਰੂ ਨਾਨਕ ਦੇਵ ਇੰਜਦਰੇ ਕਾਲਜ ਦੇ ਵਿੱਚ ਹੋਣਿਆ ਉਹਦੇ ਬਸ ਸੰਬੰਧੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗਾ ਸੋ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਰਿਕਵੈਸਟ ਕਰਾਂਗਾ ਜੇ ਤੁਸੀਂ ਇਹ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਐਜੂਕੇਸ਼ਨ ਦੇ ਰਿਲੇਟਡ ਵੀਡੀਓ ਪਏਗੀ ਤਤ ਤੁਹਾਡੇ ਕੋਲ ਸਭ ਤੋਂ ਪਹਿਲਾਂ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਆ ਸਕੇ ਸੋ ਗੱਲ ਕਰੀਏ ਬੀਟੈਕ ਜਿਹੜੀ ਕਿ 4 ਸਾਲ ਦੀ ਹੁੰਦੀ ਆ ਤੇ ਪਲੱਸ 2 ਨਾਨ ਮੈਡੀਕਲ ਤੋਂ ਬਾਅਦ ਜਿਹੜੇ ਬੱਚਿਆਂ ਨੇ ਬੀਟੈਕ ਕਰਨੀ ਆ ਇੰਜੀਨੀਅਰਿੰਗ ਕਰਨੀ ਆ 4 ਸਾਲਾਂ ਦੀ ਉਹਦੇ ਲਈ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜੀ ਇੰਜੀਨੀਅਰਿੰਗ ਦੀ ਕਾਉਂਸਲਿੰਗ ਹੁੰਦੀ ਆ ਉਹ ਪੀਟੀਯੂ ਕਰਦੀ ਆ ਪੰਜਾਬ ਟੈਕਨੀਕਲ ਯੂਨੀਵਰਸਿਟੀ ਸੋ ਪਰ ਗੁਰਨਾਨ ਸਿੰਘ ਦੇ ਇੰਜੀਨੀਅਰਿੰਗ ਕਾਲਜ ਆਟੋਨਮਸ ਹੋਣ ਕਰਕੇ ਪਿੰਡੂ ਖੇਤਰ ਦੇ ਜਿਹੜੀਆਂ ਸੀਟਾਂ ਹੈਗੀਆਂ ਓ ਪੀਟੀਓ ਦੀ ਕਾਉਂਸਲਿੰਗ ਤੋਂ ਪਹਿਲਾਂ ਕਾਉਂਸਲਿੰਗ ਜਿਹੜੀ ਹੋ ਰਹੀ ਆ ਸੋ ਕਾਉਂਸਲਿੰਗ ਦੀ ਜਿਹੜੀ ਡੇਟ ਹੈਗੀ ਆ ਉਹ 14 ਜੂਨ 2023 ਹੈ ਸੋ 14 ਜੂਨ 2023 ਨੂੰ ਕਾਉਂਸਲਿੰਗ ਹੋਏਗੀ ਸੋ ਆਨਲਾਈਨ ਜਿਹੜੀ ਦਾਖਲਾ ਭਰਨ ਦੇ ਲਈ ਤੁਸੀਂ ਜਿਹੜਾ ਲੌਗਇਨ ਕਰਨਾ admissions.gndc.ac.in www.admission.gndc.ac.in ਤੇ 31 ਮਈ 2023 ਤੋਂ ਲੈ ਕੇ 11 ਜੂਨ 2023 ਤੱਕ ਤੁਸੀਂ ਇਹ ਫਾਰਮ ਜਿਹੜੇ ਆ ਉਹ ਆਨਲਾਈਨ ਭਰਨੇ ਆ ਸੋ ਉਸ ਤੋਂ ਬਾਅਦ ਦਾਖਲਾ ਫਾਰਮ ਜਿਹੜਾ ਹੈਗਾ ਹਾਰਡ ਕਾਪੀ ਜਮ੍ਹਾਂ ਕਰਵਾਉਣੀ ਦੀ ਤੇ ਜਿਹੜੇ ਤੁਸੀਂ origignal document ਦੀ verification ਹੈਗੀ ਆ ਉਹ 1 ਜੂਨ 2023 ਤੋਂ ਲੈ ਕੇ 12 ਜੂਨ 2023 ਤੱਕ ਇਹ ਤੁਸੀਂ ਆਪਣੇ verification documents ਦੀ ਕਰਾਉਣੀ ਹੈਗੀ ਆ ਸੋ ਇਹ ਹੈਗਾ ਕਾਲਜ ਦੇ ਬਲਾਕ ਸੈਕੰਡ ਦੇ ਵਿੱਚ ਸੈਕੰਡ ਫਲੋਰ ਦੇ ਉੱਪਰ ਤੇ 1 ਜੂਨ ਤੋਂ ਲੈ ਕੇ 12 ਜੂਨ ਤੱਕ ਤੁਸੀਂ ਇਹ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰਾਉਣੀ ਹੈਗੀ ਆ ਸੋ ਕਾਉਂਸਲਿੰਗ ਦੀ ਜਿਹੜੀ ਡੇਟ ਹੈਗੀ ਆ 14 ਜੂਨ 2023 ਕਾਲਜ ਆਰਡੀਟੋਰੀਅਮ ਦੇ ਵਿੱਚ ਹੋਏਗੀ ਸੋ ਰਿਜ਼ਰਵੇਸ਼ਨ ਤੇ ਨਾਲ ਨਾਲ ਜਿਹੜੇ ਕੈਂਡੀਡੇਟ ਸਿੱਖ ਕੋਟਾ ਜਿਨ੍ਹਾਂ ਨੇ ਐਸ ਆਰੀ ਦਾ ਐਗਜ਼ਾਮ ਦਿੱਤਾ ਤੇ ਗੈਰ ਸਿੱਖ ਜਿਹੜੇ ਕੋਟੇ ਲਈ ਉਹ ਵੀ ਜਿਹੜਾ ਕਾਉਂਸਲਿੰਗ ਪਲੱਸ 2 ਦੇ ਵਿੱਚ ਲਾਗੂ ਵਿਸ਼ਿਆਂ ਦੇ ਅੰਕਾਂ ਦੇ ਯੋਗਤਾ ਦੇ ਆਧਾਰ ਤੇ ਜਿਹੜੀ ਆ ਕਾਉਂਸਲਿੰਗ ਹੋਏਗੀ ਸੋ ਇਹ ਕਾਉਂਸਲਿੰਗ ਦੌਰਾਨ ਜਿਹੜੀ ਐਸਸੀ ਰਿਜ਼ਰਵੇਸ਼ਨ ਹੈਗੀ ਆ ਉਹਦੇ ਲਈ ਪੀਐਮਐਸ ਸਕਾਲਰਸ਼ਿਪ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੀ ਡੀਡੀਆਓ ਉਹ ਲੱਗੇਗੀ ਸੋ ਜਿਹੜੇ ਬੱਚੇ ਐਸਸੀ ਸਕਾਲਰਸ਼ਿਪ ਜਿਹੜੀ ਆ ਅਪਲਾਈ ਕਰਨ ਚਾਹੁੰਦੇ ਆ ਐਸਸੀ ਜਨਪੁਰ ਰਿਜ਼ਰਵੇਸ਼ਨ ਹੈਗੀ ਆ ਉਹਨਾਂ ਨੂੰ ਇਸ ਦਾ ਬੈਨੀਫਿਟ ਜਿਹੜਾ ਉਸ ਦਿਨ ਮਿਲੇਗਾ ਸੋ ਵਧੇਰੇ ਜਾਣਕਾਰੀ ਲਈ ਤੁਸੀਂ www.gndc.ac.in ਤੇ ਜਾ ਕੇ ਸਾਰੀ ਇਨਫੋਰਮੇਸ਼ਨ ਦੇ ਸਕਦੇ ਹੋ